ਮੋਗਾ ਪੁਲਿਸ ਨੇ ਲੁੱਟਖੋਹ ਦੀ ਯੋਜਨਾ ਬਣਾ ਰਹੇ ਗਿਰੋਹ ਦੇ 5 ਮੈਂਬਰ ਕੀਤੇ ਕਾਬੂ, 3 ਪਿਸਤੌਲ ਅਤੇ ਤੇਜ਼ ਧਾਰ ਹਥਿਆਰ ਵੀ ਬਰਾਮਦ। CIA ਸਟਾਫ ਮੋਗਾ ਨੇ ਲੁੱਟਖੋਹ ਦੀ ਯੋਜਨਾ ਬਣਾ ਰਹੇ ਗਿਰੋਹ ਦੇ 5 ਮੈਂਬਰਾਂ ਨੂੰ ਪਿਸਤੌਲਾਂ, ਕਾਰਤੂਸਾਂ ਅਤੇ ਤੇਜ਼ ਧਾਰ ਹਥਿਆਰਾਂ ਸਮੇਤ ਜ਼ਬਤ ਪੁੱਛਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੋਗਾ ਦੇ SSP ਬਜੀਤ ਸਿੰਘ ਨੇ ਦੱਸਿਆ ਕਿ CIA ਮੋਗਾ ਦੇ ਇੰਚਾਰਜ ਕਿੱਕਰ ਸਿੰਘ ਜਦੋਂ ਪੁਲਿਸ ਪਾਰਟੀ ਸਮੇਤ ਇਲਾਕੇ ਵਿੱਚ ਗਸ਼ਤ ਕਰਦੇ ਹੋਏ ਅਜਿਤਵਾਲ ਦੇ ਕੋਲ ਜਾ ਰਹੇ ਸੀ ਤਾਂ ਉਹਨਾਂ ਨੂੰ ਜਾਣਕਾਰੀ ਮਿਲੀ ਕਿ ਸੁਨਸਾਨ ਜਗ੍ਹਾ ਦੀ ਹਥਿਆਰਬੰਦ ਵਿਅਕਤੀ, ਜਿਨ੍ਹਾਂ ਕੋਲ ਅਸਲਾ ਵੀ ਹੈ, ਬੈਠ ਕੇ ਕਿਸੇ ਵੱਡੀ ਲੁੱਟਖੋਹ ਦੀ ਯੋਜਨਾ ਬਣਾ ਰਹੇ ਹਨ। ਪੁਲਿਸ ਨੇ ਛਾਪਾਮਾਰੀ ਕਰਕੇ ਰੇਸ਼ਮ ਸਿੰਘ ਉਰਫ ਬੌਸ, ਇੰਦਰਜੀਤ ਸਿੰਘ ਉਰਫ ਕਾਕਾ ਨਿਵਾਸੀ ਰੰਧਾਵਾ, ਅਗਵਾੜ ਮੋਗਾ, ਦੇਵੀ ਪਰਸਨ ਉਰਫ ਟਿੱਕੂ ਨਿਵਾਸੀ ਮੋਗਾ, ਗੁਰਪ੍ਰੀਤ ਸਿੰਘ ਉਰਫ ਬੱਬਰ, ਮਨਪ੍ਰੀਤ ਸਿੰਘ ਉਰਫ ਡਮਰੂ, ਦੋਨੇ ਨਿਵਾਸੀ ਪਿੰਡ ਮਾਨੂਕੇ ਨੂੰ ਯਾਦ ਬੋਚਿਆ। ਤਲਾਸ਼ੀ ਲੈਣ 'ਤੇ ਇਹਨਾਂ ਦੇ ਕਬਜ਼ੇ ਦੇ ਵਿੱਚੋਂ 32 ਬੋਰ ਦੇਸੀ ਪਿਸਤੌਲ, 1 315 ਦੇਸੀ ਪਿਸਟਲ ਅਤੇ 1 ਕਾਰਤੂਸ, 315 ਬੋਰ ਦੇਸੀ ਪਿਸਤੌਲ ਅਤੇ ਕਾਰਤੂਸ, ਤੇਜ਼ ਧਾਰ ਹਥਿਆਰ, ਕਿਰਪਾਨਾਂ ਬਰਾਮਦ ਕੀਤੀਆਂ ਹਨ। ਬਹਰਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੋਗਾ ਤੋਂ ਜੋਗਿੰਦਰ ਸਿੰਘ, ਆਜ਼ਾਦ TV ਨਿਊਜ਼। ਲੁੱਟਖੋਹ ਕਰਨ ਵਾਲੇ ਟੋਟਲ 5 ਬੰਦੇ ਅਸੀਂ ਅਰੈਸਟ ਕੀਤੇ ਨੇ ਥਾਣਾ ਅਜੀਤ ਸਿੰਘ ਵਾਲੇ ਦੇ ਵਿੱਚ। ਉਹਦੇ ਵਿੱਚ ਟੋਟਲ 3 ਪਿਸਟਲ, 1 32 ਬੋਰ ਦਾ ਪਿਸਟਲ ਹੈ, 2 ਦੇਸੀ ਕੱਟੇ ਹੈਗੇ ਨੇ 315 ਬੋਰ ਦੇ, ਉਹ ਬਰਾਮਦ ਹੋਏ ਨੇ। ਇਹਦੇ ਵਿੱਚ ਰੇਸ਼ਮ ਸਿੰਘ, ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਦੇਵੀ ਪਰਸ਼ਨ ਅਤੇ ਇੰਦਰਜੀਤ ਸਿੰਘ ਉਰਫ ਕਾਕਾ, ਇਹ 5 ਬੰਦੇ ਅਰੈਸਟ ਹੋਏ ਨੇ ਜਿਹੜੇ ਇਹ ਲੁੱਟਖੋਹ ਕਰਨ ਦੀ ਯੋਜਨਾ ਬਣਾ ਰਹੇ ਸਨ। ਔਰ ਇਹ ਵੀ ਇੱਕ ਵੱਡੀ ਕਾਮਯਾਬੀ ਹੈ, ਜਿਵੇਂ ਇਹਨਾਂ ਕੋਲ ਵੈਪਨ ਸੀ, ਇਹ ਕੰਮ ਕੋਈ ਵੱਡੀ ਵਾਰਦਾਤ ਕਰ ਸਕਦੇ ਸੀ। ਫਿਲਹਾਲ ਇਕੱਠੇ ਹੋ ਕੇ ਆਪਣੀ ਯੋਜਨਾ ਬਣਾ ਰਹੇ ਸਨ ਔਰ ਇਹਨਾਂ ਨੇ ਵੈਪਨ ਵਗੈਰਾ ਕਿਵੇਂ ਪ੍ਰਕਿਓਰ ਕੀਤੇ ਨੇ, ਇਹ ਫਰਦਰ ਇਹਨਾਂ ਰਿਮਾਂਡ ਲੈ ਕੇ ਅੱਗੇ ਪੁੱਛਗਿੱਛ ਕਰਾਂਗੇ ਔਰ ਇਹਦੀ ਤਹਿ ਤੱਕ ਜਾਵਾਂਗੇ ਕਿ ਇਹਨਾਂ ਦੀ ਪਲੈਨਿੰਗ ਕੀ ਸੀਗੀ, ਕਿੱਥੇ ਇਹਨਾਂ ਨੇ ਪਿਛੋਕੜ ਦੀ ਗੱਲ ਕੀਤੀ। ਪਿਛਲਾ ਕੋਈ ਇਹੋ ਜਿਹਾ ਅਜੇ ਤੱਕ ਹੈ ਨਹੀਂ, ਲੇਕਿਨ ਫਿਰ ਵੀ ਇਨਵੈਸਟੀਗੇਸ਼ਨ ਅਜੇ ਅਸੀਂ ਕਰ ਰਹੇ ਹਾਂ ਕਿ ਇਹਨਾਂ ਦਾ ਬੈਂਕ ਲਿੰਕ ਕਿਸੇ ਕੋਈ ਉਹੋ ਜਿਹੇ ਗੈਂਗ ਨਾਲ ਜਾਂ ਕਿਸੇ ਨਾਲ ਹੋਵੇ, ਉਹ ਸਟੈਬਲਿਸ਼ ਹੋਇਆ ਅਤੇ ਉਹ ਜ਼ਰੂਰ। ਇਹ ਕਾਬੂ ਕਿੱਥੋਂ ਕੀਤਾ ਜੀ ਗੈਂਗ ਇਹ? ਇਹ ਥਾਣਾ ਅਜੀਤ ਸਿੰਘ ਵਾਲਾ ਜੀ, ਉਹਦੇ ਏਰੀਆ ਵਿੱਚ।